ਅੱਜ ਤੁਹਾਡੇ ਪਿੰਡ 'ਚ ਕੀ ਖੁਸ਼ੀ ਮਨਾਈ ਜਾ ਰਹੀ ਆ? ਭਵੰਤ ਮਾਨ ਨੂੰ ਸੀਐਮ ਦਾ ਚਿਹਰਾ ਐਲਾਨਿਆ ਗਿਆ ਉਹ ਸਾਨੂੰ ਬਹੁਤ ਖੁਸ਼ੀ ਹੋ ਰਹੀ ਜੇ ਸਾਨੂੰ ਸਹੀ ਮੌਕਾ ਮਿਲ ਗਿਆ ਰੈਲੀ ਕੱਢਣ ਦਾ ਅਸੀਂ ਹੁਣ ਦੁਬਾਰਾ ਤੋਂ ਜਾਵਾਂਗੇ ਜੀ ਰੈਲੀ ਸਾਰੇ ਪਿੰਡ 'ਚ ਪੂਰੇ ਜ਼ੋਰਦਾਰ ਦੀ ਰੈਲੀ ਕੱਢਾਂਗੇ ਕੌਣ ਬੰਦਾ ਜਿਹੜਾ ਪੰਜਾਬ ਦਾ ਭਲਾ ਕਰ ਸਕਦਾ ਭਗਵੰਤ ਮਾਨ ਹੀ ਕਰ ਸਕਦਾ ਜੀ ਹੋਰ ਤਾਂ ਹੀ ਸਾਰਾ ਕਾਂਗਰਸ ਪਾਰਟੀ ਅੱਗੇ ਵੱਗ ਗਈ ਜੀ ਕੁਝ ਨਹੀਂ ਹੋਇਆ ਜੀ ਵੋਟ ਤਾਂ ਤੁਹਾਡੀ ਬਣੀ ਨਹੀਂ ਹਜੇ ਕੋਈ ਨਹੀਂ ਜਦੋਂ ਵੱਡਾ ਹੋ ਗਿਆ ਉਦੋਂ ਤਾਂ ਭਗਵੰਤ ਮਾਨ ਨਹੀਂ ਪਾਵਾਂਗੇ ਜੀ ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ ਤੇ ਮੈਂ ਹਾਂ ਸੰਜੀਵ ਗੋਇਲ ਜਿੱਥੇ ਹੀ ਅੱਜ ਸੂਬੇ ਦੇ ਵਿੱਚ ਆਮ ਆਦਮੀ ਪਾਰਟੀ ਦੇ ਵੱਲੋਂ ਜਿੱਥੇ ਸਾਂਸਦ ਭਗਵੰਤ ਮਾਨ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨਿਆ ਗਿਆ ਉਹਨਾਂ ਕਿਹਾ ਕਿ ਆਉਣ ਵਾਲੀਆਂ 2022 ਦੀਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਵੱਲੋਂ ਮੁੱਖ ਮੰਤਰੀ ਦਾ ਚਿਹਰਾ ਸਾਂਸਦ ਮੈਂਬਰ ਭਗਵੰਤ ਮਾਨ ਹੋਣਗੇ ਤਾਂ ਇਸ ਵਕਤ ਅਸੀਂ ਪਿੰਡ ਸਤੌਜ ਵਿਖੇ ਖੜ੍ਹੇ ਹਾਂ ਜਿੱਥੇ ਸਾਂਸਦ ਭਗਵੰਤ ਮਾਨ ਦਾ ਇਹ ਪਿੰਡ ਹੈਗਾ ਜਿੱਥੇ ਮਾਹੌਲ ਜਿਹੜਾ ਵਿਆਹ ਵਰਗਾ ਬਣਿਆ ਹੋਇਆ ਤਾਂ ਮੈਂ ਬੱਚੇ ਦਿਖਾ ਦੇਣਾ ਤੁਹਾਨੂੰ ਪਿੰਡ ਸਤੌਜ ਦੇ ਜਿਹੜੇ ਇਹ ਬੱਚੇ ਨੇ ਸਾਈਕਲਾਂ ਦੇ ਉੱਪਰ ਆਏ ਨੇ ਇਹ ਬੱਚੇ ਬੜੀ ਖੁਸ਼ੀ ਇਹਨਾਂ ਦੇ ਵਿੱਚ ਬੱਚਿਆਂ ਦੇ ਵਿੱਚ ਪਾਈ ਜਾ ਰਹੀ ਹੈ ਬੇਸ਼ੱਕ ਬੱਚਿਆਂ ਨੂੰ ਰਾਜਨੀਤੀ ਦੇ ਬਾਰੇ ਨਹੀਂ ਪਤਾ ਪਰ ਲੇਕਿਨ ਬੱਚਿਆਂ ਨੂੰ ਚੌਂਕ ਕਿਤੇ ਨਾ ਕਿਤੇ ਜ਼ਰੂਰ ਚੜਿਆ ਹੋਇਆ ਬੱਚਿਆਂ ਦਾ ਨਾਮ ਪੁੱਛ ਲੈਣਾ ਪਹਿਲਾਂ ਬੱਚੇ ਬੇਟਾ ਕੀ ਨਾਮ ਹੈ ਮਨਵੀਰ ਮਨਵੀਰ ਪਤਾ ਤੁਹਾਨੂੰ ਅੱਜ ਤੁਹਾਡੇ ਪਿੰਡ 'ਚ ਕੀ ਖੁਸ਼ੀ ਮਨਾਈ ਜਾ ਰਹੀ ਆ ਵੀ ਸਾਡੇ ਭਵੰਤ ਮਾਨ ਸੀਐਮ ਬਣ ਗਿਆ ਬਾ ਕੀ ਲੱਗਦਾ ਤੁਹਾਨੂੰ ਪਤਾ ਤੁਹਾਨੂੰ ਸਿਆਸਤ ਬਾਰੇ ਕੁਝ ਹਾਂਜੀ ਹਾਂ ਕੀ ਕਿਸ ਤਰ੍ਹਾਂ ਦੇਖਦੇ ਹੋ ਕਿਸ ਨੇ ਐਲਾਨਿਆ ਕੀ ਐਲਾਨਿਆ ਉਹਨਾਂ ਨੇ ਭਗਵੰਤ ਮਾਨ ਨੂੰ ਅੱਜ ਮੁੱਖ ਮੰਤਰੀ ਐਲਾਨਿਆ ਗਿਆ ਕਿ ਆਉਣ ਵਾਲੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਣਗੇ ਹਾਂਜੀ ਇਸੇ ਕਰਕੇ ਖੁਸ਼ੀ ਮਨਾ ਰਹੇ ਹੋ ਹਾਂਜੀ ਕਿੰਨੀ ਕੁ ਖੁਸ਼ੀ ਆ ਤੁਹਾਨੂੰ ਬਹੁਤ ਖੁਸ਼ੀ ਆ ਜੀ ਪਿੰਡ 'ਚ ਰੈਲੀਆਂ ਵੀ ਕੱਢਦੇ ਆ ਜੀ ਕੱਲ ਵੀ ਅਸੀਂ ਨੇ ਉੱਧਰ ਕਿਹਾ ਸੀ ਵੀ ਕੱਢਾਂਗੇ ਪਰ ਅੱਜ ਸਾਨੂੰ ਸਹੀ ਮੌਕਾ ਮਿਲਿਆ ਗਿਆ ਰੈਲੀ ਕੱਢਣ ਦਾ ਅਸੀਂ ਹੁਣ ਦੁਬਾਰਾ ਤੋਂ ਜਾਵਾਂਗੇ ਜੀ ਰੈਲੀ ਸਾਰੇ ਪਿੰਡ 'ਚ ਪੂਰੇ ਜ਼ੋਰਦਾਰ ਦੀ ਰੈਲੀ ਕੱਢਾਂਗੇ ਸਾਈਕਲਾਂ ਤੇ ਹੁਣ ਤੁਸੀਂ ਕਿਵੇਂ ਝੰਡੀਆਂ ਲਾ ਕੇ ਘੁੰਮ ਰਹੇ ਹੋ ਇਹ ਵੀ ਰੈਲੀ ਕੱਢਾਂਗੇ ਜੀ ਹਾਂ ਤੁਹਾਡੇ ਪਿੰਡ ਦੇ ਨੇ ਭਗਵੰਤ ਮਾਨ ਕੀ ਲੱਗਦਾ ਤੁਹਾਨੂੰ ਖੁਸ਼ੀ ਹੈ ਇਸ ਦੀ ਹਾਂਜੀ ਕੀ ਚਾਹੁੰਦੇ ਤੁਸੀਂ ਭਗਵੰਤ ਮਾਨ ਨੂੰ ਕੀ ਦੇਖਣਾ ਚਾਹੁੰਦੇ ਹੋ ਸੀਐਮ ਦਾ ਚਿਹਰਾ ਅੱਛਾ ਹਾਂਜੀ ਵੋਟ ਤਾਂ ਤੁਹਾਡੀ ਬਣੀ ਨਹੀਂ ਹਜੇ ਕੋਈ ਨਹੀਂ ਜਦੋਂ ਵੱਡਾ ਹੋ ਗਿਆ ਉਦੋਂ ਤਾਂ ਭਗਵੰਤ ਮਾਨ ਨਹੀਂ ਪਾਵਾਂਗੇ ਜੀ ਪੰਜਾਬ ਨੂੰ ਕਿਵੇਂ ਦੇਖਦੇ ਹੋ ਤੁਸੀਂ ਜੇ ਆਪਾਂ ਪੰਜਾਬ ਦੀ ਗੱਲ ਕਰ ਲਈਏ ਪੰਜਾਬ ਕਿਹੜੀਆਂ ਲੀਹਾਂ ਤੇ ਇਸ ਵਕਤ ਪੰਜਾਬ ਜੀ ਪੰਜਾਬ ਤਰੱਕੀ ਵੱਲ ਜਾ ਰਿਹਾ ਜਾਂ ਮਾੜਾ ਹੋ ਰਿਹਾ ਪੰਜਾਬ ਮਾੜੇ ਹਾਲਾਤ ਜੀ ਹਾਂ ਹੁਣ ਜੀ ਭਗਵੰਤ ਮਾਨ ਸਾਰਿਆਂ ਨੂੰ ਸਹੀ ਕਰ ਦੂ ਜੀ ਬੇਟਾ ਕੀ ਨਾਮ ਹੈ ਪਰਵਿੰਦਰ ਸਿੰਘ ਜੀ ਕਿਵੇਂ ਦੇਖਦੇ ਹੋ ਅੱਜ ਪਤਾ ਤੁਹਾਨੂੰ ਪਿੰਡ ਦੇ ਵਿੱਚ ਕੀ ਮਾਹੌਲ ਹੈ ਤੁਹਾਡੇ ਬਣਾਇਆ ਹੋਇਆ ਭਗਵੰਤ ਮਾਨ ਦਾ ਚਿਹਰਾ ਐਲਾਨਿਆ ਜੀ ਅੱਜ ਜੇ ਕੋਈ ਹੋਰ ਚਿਹਰਾ ਐਲਾਨਦਾ ਜੀ ਅਸੀਂ ਕਿਸੇ ਨੂੰ ਵੋਟ ਨਹੀਂ ਪਾਉਂਦੇ ਸੀ ਜੀ ਭਾਵੇਂ ਹੋਰ ਨੂੰ ਪਾਉਂਦੇ ਕਿਸੇ ਹੋਰ ਨੂੰ ਨਹੀਂ ਪਾਉਂਦੇ ਸੀ ਭਗਵੰਤ ਮਾਨ ਨੂੰ ਵੋਟ ਪਾਵਾਂਗੇ ਜੀ ਕਿਵੇਂ ਖੁਸ਼ੀ ਮਨਾ ਰਹੇ ਹੋ ਫਿਰ ਅੱਜ ਬਹੁਤ ਨੱਚ ਕੇ ਖੁਸ਼ੀ ਮਨਾ ਰਹੇ ਡੀਜੇ ਲੱਗ ਰਹੇ ਨੇ ਜੀ ਸਾਈਕਲਾਂ ਤੇ ਝੰਡੀਆਂ ਝੁੰਡੀਆਂ ਲਾ ਰਹੇ ਨੇ ਅਸੀਂ ਰੈਲੀਆਂ ਕੱਢ ਰਹੇ ਤੜਕੇ ਤੇ ਹੁਣ ਆਏ ਆ ਜੀ ਉਰੇ ਅਸੀਂ ਹਾਂ ਜੀ ਆਮ ਆਦਮੀ ਪਾਰਟੀ ਨੂੰ ਪਿਆਰ ਕਰਦੇ ਹੋ ਜਾਂ ਭਗਵੰਤ ਮਾਨ ਨੂੰ ਪਿਆਰ ਭਗਵੰਤ ਮਾਨ ਨੂੰ ਕਰਦੇ ਜੀ ਹਾਂ ਕਾਰਨ ਕੀ ਹੈ ਕਾਰਨ ਜੀ ਸਾਡੇ ਪਿੰਡ ਦਾ ਬੰਦਾ ਹੀ ਅਸੀਂ ਉਹਨਾਂ ਦੇ ਜਾਣੇ ਆਉਣੀ ਆਉਣੇ ਜੀ ਉੱਥੇ ਸਾਡੇ ਨਾਲ ਪੂਰਾ ਵਧੀਆ ਪਿਆਰ ਕਰਦੇ ਸਾਡੇ ਉੱਧਰ ਵੀ ਆਉਂਦੇ ਕੰਮ ਪੂਰੇ ਕਰਾਉਣੇ ਜੀ ਪਾਰਕ ਬਣਵਾਤੀ ਪੁਲ ਬਣਵਾਤਾ ਜੀ ਜਦੋਂ ਪਿੰਡ 'ਚ ਆਉਂਦੇ ਨੇ ਤਾਂ ਮਿਲਦੇ ਨੇ ਬੱਚਿਆਂ ਨੂੰ ਖੇਡਦੇ ਨੇ ਹਾਂ ਜੀ ਫੁੱਲੀ ਸਾਡੇ ਨਾਲ ਖੇਡ ਕੇ ਆਏ ਨੇ ਬਾਬੇ ਹੁਣੇ ਬਾਲੀਵਾਲ ਖੇਡਦੇ ਨੇ ਸਾਡੇ ਨਾਲ ਜੀ ਫੁੱਟਬਾਲ ਖੇਡ ਕੇ ਗਏ ਨੇ ਚੰਗਾ ਲੱਗਦਾ ਹਾਂ ਜੀ ਫੁੱਲ ਵਧੀਆ ਲੱਗਦਾ ਜੀ ਕੀ ਨਾਮ ਹੈ ਬੇਟਾ ਨਿਰਭੈ ਸਿੰਘ ਜੀ ਨਿਰਭੈ ਕਿਵੇਂ ਦੇਖਦੇ ਹੋ ਅੱਜ ਖੁਸ਼ੀ ਮਨਾਈ ਜਾ ਰਹੀ ਆ ਅੱਜ ਭਵੰਤ ਮਾਨ ਨੂੰ ਸੀਐਮ ਦਾ ਚਿਹਰਾ ਐਲਾਨਿਆ ਗਿਆ ਉਹ ਸਾਨੂੰ ਬਹੁਤ ਖੁਸ਼ੀ ਹੋ ਰਹੀ ਹੈ ਹਾਂਜੀ ਦੇਖਣਾ ਚਾਹੁੰਦੇ ਤੁਸੀਂ ਪੰਜਾਬ ਦਾ ਅਗਲਾ ਮੁੱਖ ਮੰਤਰੀ ਭਗਵੰਤ ਮਾਨ ਹੋਵੇ ਹਾਂਜੀ ਕੀ ਲੱਗਦਾ ਤੁਹਾਨੂੰ ਕੋਈ ਸਵਾਰ ਸਕਦੇ ਨੇ ਹਾਂਜੀ ਬਹੁਤ ਸਮਾਰਟ ਪਿੰਡ 'ਚ ਤੁਹਾਡੇ ਕਹੇ ਜਾਂ ਕੋਈ ਮਾਹੌਲ ਬਣਾਇਆ ਉਹਨਾਂ ਨੇ ਪਹਿਲਾਂ ਹੀ ਉਹਨਾਂ ਨੇ ਪਾਰਕ ਬਣਾਤੇ ਜੀ ਵਧੀਆ ਪੁਲ ਬਣਾਤੇ ਜੀ ਬੱਚਿਆਂ ਨਾਲ ਖੇਡਦੇ ਨੇ ਹਾਂਜੀ ਬਹੁਤ ਖੇਡਦੇ ਨੇ ਸਾਹ ਬੇਟਾ ਮੇਰਾ ਨਾਮ ਧਰਮਵੀਰ ਸਿੰਘ ਹੈ ਜੀ ਦੇਖਣਾ ਕੀ ਇਹ ਮੁੱਖ ਮੰਤਰੀ ਉਹੀ ਬਣੂਗਾ ਜੀ ਉਹਨੇ ਬਹੁਤ ਭਵਿੱਖ ਕੀਤਾ ਲੋਕ ਗੱਟ ਪਵਾਈ ਬਹੁਤ ਮਦਦ ਕਰਦਾ ਗਰੀਬਾਂ ਦੀ ਕੋਈ ਕੰਮ ਅੜਦਾ ਜੀ ਸਾਰਾ ਨੰਬਰ ਦਿੰਦਾ ਵੀ ਐਂ ਵੀ ਕੋਈ ਸੀਐਮ ਵੀ ਆਪਦਾ ਨੰਬਰ ਨਹੀਂ ਦਿੰਦਾ ਵੀ ਸਾਨੂੰ ਸੀਐਮ ਦਾ ਚਿਹਰਾ ਬਣ ਗਿਆ ਜੀ ਉਹ ਬਹੁਤ ਆਰਾਮ ਵੀ ਗਲੀਆਂ ਗਲੀਆਂ ਜਿਹੜਾ ਲੋਕ ਗੱਟ ਪਵਾਉਂਦੇ ਜੀ ਸਿਆਸਤ ਬਾਰੇ ਨੌਲੇਜ ਹੈਗੀ ਹੈ ਤੁਹਾਨੂੰ ਹਾਂਜੀ ਹੈਗੀ ਕੀ ਲੱਗਦਾ ਸਿਆਸਤ ਦੇ ਵਿੱਚ ਕੌਣ ਬੰਦਾ ਜਿਹੜਾ ਪੰਜਾਬ ਦਾ ਭਲਾ ਕਰ ਸਕਦਾ ਭਗਵੰਤ ਮਾਨ ਹੀ ਕਰ ਸਕਦਾ ਜੀ ਹੋਰ ਤਾਂ ਹੀ ਸਰ ਕਾਂਗਰਸ ਪਾਰਟੀ ਅੱਗੇ ਵੱਗ ਗਈ ਜੀ ਕੁਛ ਨਹੀਂ ਹੋਇਆ ਜੀ ਹੁਣ ਭਗਵੰਤ ਮਾਨ ਨੇ ਹੀ ਇੰਨੇ ਕਿ ਸਾਡੇ ਪਿੰਡ ਦੇ ਬੰਦਿਆਂ ਨੇ ਕੰਮ ਕਢਵਾ ਦਿੱਤੇ ਜੀ ਬਹੁਤ ਵਧੀਆ ਬੰਦਾ ਜੀ ਇੱਕ ਬੰਦਾ ਭਗਵੰਤ ਮਾਨ ਤੁਹਾਡੇ ਪਿੰਡ ਦੇ ਨੇ ਤੁਹਾਡੇ ਨਾਲ ਜਦੋਂ ਉਰੇ ਆਉਂਦੇ ਨੇ ਤੁਹਾਡੇ ਨਾਲ ਖੇਡਦੇ ਨੇ ਗੱਲਾਂ ਬਾਤਾਂ ਕਰਦੇ ਨੇ ਹਾਂਜੀ ਵਧੀਆ ਗੱਲਾਂ ਬਾਤ ਕਰਦੇ ਨੇ ਐ ਵੀ ਨਹੀਂ ਵੀ ਸੀਐਮ ਵਾਂਗੂ ਵੀ ਐਂ ਫਿਰਦੇ ਰਹਿੰਦੇ ਨੇ ਗੱਡੀਆਂ 'ਚ ਜੀ ਵਧੀਆ ਗੱਲਬਾਤ ਕਰਦੇ ਨੇ ਜੀ ਖੇਡਦੇ ਕੀ ਕਹਿਣਾ ਚਾਹੁੰਦੇ ਤੁਸੀਂ ਵੀ ਇੱਕ ਆਪਣੇ ਸਾਡੇ ਪਿੰਡ ਦਾ ਇੱਕ ਬੰਦਾ ਬਾਹਰੇ ਵੀ ਅੜ ਗਿਆ ਸੀਗਾ ਜੀ ਉੱਧਰ ਹੀ ਕੈਨੇਡਾ 'ਚ ਉਹ ਵੀ ਕਢਾ ਕੇ ਆਏ ਨੇ ਉੱਧਰ ਜਾ ਕੇ ਮਲੇਸ਼ੀਆ 'ਚ ਜੀ ਪਾਸਪੋਰਟ ਫੜ ਲਿਆ ਸੀ ਉਹ ਤੋਂ ਕਢਾ ਕੇ ਆਏ ਨੇ ਜੀ ਆਪ ਲੈ ਕੇ ਆਏ ਨੇ ਖੁਦ ਜਾ ਕੇ ਲੈ ਕੇ ਆਏ ਨੇ ਜੀ ਉਹਨੂੰ ਸਾਰੇ ਬੰਦੇ ਨੂੰ ਲੈ ਕੇ ਆਏ ਨੇ ਜੀ ਆਹ ਬੰਦੇ ਦਾ ਭਾਈ ਸੀ ਹਾਂ ਕਿਵੇਂ ਦੇਖਦੇ ਵੀਰੇ ਬੱਚਿਆਂ ਵੱਲੋਂ ਖੁਸ਼ੀ ਮਨਾਈ ਜਾ ਬਹੁਤ ਵਧੀਆ ਆਪਣੇ ਬੱਚੇ ਨੇ ਨਾ ਕੈਂਡੀਡੇਟ ਨੇ ਪੂਰੇ ਬਹੁਤ ਖੁਸ਼ੀ ਇਹਨਾਂ ਨੂੰ ਇਦੋਂ ਵਧਾ ਖੁਸ਼ੀ ਬਣੂਗੀ ਜਦੋਂ
ਸੀਐਮ ਬਣਿਆ ਉਦੋਂ ਬਾਅਦ ਪਤਾ ਨਹੀਂ ਕੀ ਹੋਊਗਾ ਤੁਹਾਡੇ ਪਿੰਡ ਦਾ ਮਾਹੌਲ ਕਿਵੇਂ ਆ ਬਹੁਤ ਵਧੀਆ ਬਾਈ ਸਾਰਾ ਲਵੇ ਲਵੇ ਪਿੰਡ ਵੀ ਆ ਰਹੇ ਨੇ ਦੀਵਾਲੀ ਵਾਲਾ ਮਾਹੌਲ ਬਣਾ ਰੱਖਿਆ ਕਹਿੰਦੇ ਕਿਹੜਾ ਦੀਵਾਲੀ ਜੀ ਬਹੁਤ ਹੁੰਦੀ ਹੈ ਜੀ ਇਹਨਾਂ ਦੇ ਪੁਰਾਣੇ ਜੀ ਸਾਡੇ ਨਾਲ ਇੱਕ ਛੋਟੇ ਬੱਚੇ ਨੇ ਛੋਟੇ ਬੱਚਿਆਂ ਨਾਲ ਗੱਲ ਕਰਦੇ ਆ ਪੁੱਤ ਕੀ ਅੱਜ ਕੀ ਕੋਈ ਫੰਕਸ਼ਨ ਅੱਜ ਨਹੀਂ ਹਾਂ ਅੱਜ ਫੋਤਵਾਨ ਸੀਐਮ ਦਾ ਸੀਐਮ ਬਣਿਆ ਹੀ ਇਸ ਕਰਕੇ ਸਾਨੂੰ ਬਾਲੀ ਖੁਸ਼ੀ ਹੈ ਸੋ ਬਿਲਕੁਲ ਛੋਟੇ ਛੋਟੇ ਨੰਨੇ ਨੰਨੇ ਬੱਚਿਆਂ ਦੇ ਵਿੱਚ ਅੱਜ ਜਿਹੜਾ ਖੁਸ਼ੀ ਦਾ ਮਾਹੌਲ ਪਾਇਆ ਜਾ ਰਿਹਾ ਬੇਸ਼ੱਕ ਛੋਟੇ ਬੱਚਿਆਂ ਨੂੰ ਸਿਆਸਤ ਬਾਰੇ ਬਹੁਤਾ ਨਹੀਂ ਪਤਾ ਪਰ ਲੇਕਿਨ ਇਹ ਜ਼ਰੂਰ ਪਤਾ ਹੈ ਕਿ ਉਹਨਾਂ ਦੇ ਪਿੰਡ ਦੇ ਰਹਿਣ ਵਾਲੇ ਭਗਵੰਤ ਮਾਨ ਨੂੰ ਅੱਜ ਆਮ ਆਦਮੀ ਪਾਰਟੀ ਨੇ ਸੀਐਮ ਦਾ ਚਿਹਰਾ ਐਲਾਨ ਦਿੱਤਾ ਬੱਚਿਆਂ ਦਾ ਕਹਿਣਾ ਹੈ ਕਿ ਜੇਕਰ ਸਿਆਸਤ ਦੇ ਵਿੱਚ ਪੰਜਾਬ ਦਾ ਕੋਈ ਭਲਾ ਕਰ ਸਕਦਾ ਹੈ ਤਾਂ ਉਹ ਇਹਨਾਂ ਦੇ ਪਿੰਡ ਦੇ ਰਹਿਣ ਵਾਲੇ ਭਗਵੰਤ ਮਾਨ ਹੀ ਨੇ ਪਰ ਲੇਕਿਨ ਦੇਖਣਾ ਹੋਊਗਾ ਕਿ ਪੰਜਾਬ ਦੇ ਲੋਕ ਨੇ ਜਿਹੜੇ ਉਹ ਕੀ ਵਾਕਈ ਸਾਂਸਦ ਭਗਵੰਤ ਮਾਨ ਨੂੰ ਜਿਹੜਾ ਪੰਜਾਬ ਦਾ ਅਗਲਾ ਮੁੱਖ ਮੰਤਰੀ ਹੈ ਉਹ ਬਣਾਉਣਗੇ ਪੰਜਾਬੀ ਲੋਕ ਚੈਨਲ ਦੇ ਲਈ ਸੰਜੀਵ ਗੋਇਲ ਪਿੰਡ ਸਤੌਜ ਸੰਗਰੂਰ